9th ਕਲਾਸ ਸਟੂਡੈਂਟਸ ਬੱਚਿਓ ਅੱਜ ਪਾਠ ਨੰਬਰ 3 ਹੈ ਸਿੱਖ ਧਰਮ ਦਾ ਵਿਕਾਸ 1539 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਸੋ ਅੱਜ ਆਪਾਂ ਇਸ ਪਾਠ ਦੇ ਵਿੱਚ ਆ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਪੜਾਂਗੇ ਉਹਨਾਂ ਨੇ ਜਨਮ ਕਦੋਂ ਹੋਇਆ ਠੀਕ ਆ ਉਹਨਾਂ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਕਿੰਨੇ ਕਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ ਤੇ ਕਿਸ ਤਰ੍ਹਾਂ ਉਹਨਾਂ ਨੂੰ ਗੁਰਗੱਦੀ ਆ ਜਿਹੜੀ ਉਹ ਪ੍ਰਾਪਤ ਹੋਈ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈਸਵੀ ਨੂੰ ਲਾਹੌਰ ਦੀ ਚੂਨਾ ਮੰਡੀ ਵਿੱਚ ਹੋਇਆ। 24 ਸਤੰਬਰ 1534 ਵੀ ਨੂੰ ਲਾਹੌਰ ਦੀ ਚੂਨਾ ਮੰਡੀ ਵਿੱਚ ਜਿਹੜਾ ਜਨਮ ਸ੍ਰੀ ਗੁਰੂ ਰਾਮਦਾਸ ਜੀ ਦਾ। ਇਹਨਾਂ ਦੇ ਪਿਤਾ ਸ੍ਰੀ ਹਰਦਾਸ ਅਤੇ ਮਾਤਾ ਅਨੂਪ ਦੇਵੀ ਸੀ। ਠੀਕ ਹੈ। ਪਿਤਾ ਜੀ ਦਾ ਨਾਮ ਹਰਦਾਸ ਅਤੇ ਮਾਤਾ ਦਾ ਨਾਮ ਅਨੂਪ ਦੇਵੀ ਸੀ। ਗੁਰੂ ਜੀ ਦੇ ਬਚਪਨ ਦਾ ਨਾਮ ਜੇਠਾ ਸੀ। ਜੇਠਾ ਜੀ ਬਚਪਨ ਤੋਂ ਹੀ ਧਾਰਮਿਕ ਸੁਭਾਅ ਦੇ ਮਾਲਕ ਸਨ ਇੱਕ ਵਾਰ ਉਹ ਕੁਝ ਸਿੱਖਾਂ ਦੇ ਨਾਲ ਗਵਿੰਦਵਾਲ ਸਾਹਿਬ ਗਏ ਉੱਥੇ ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਖਸੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਸਿੱਖ ਬਣ ਗਏ ਜਦੋਂ ਗਵਿੰਦਵਾਲ ਸਾਹਿਬ ਗਏ ਸ੍ਰੀ ਗੁਰੂ ਰਾਮਦਾਸ ਜੀ ਤਾਂ ਗੁਰੂ ਅਮਰਦਾਸ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਸਿੱਖ ਬਣ ਗਏ ਉਹ ਗੁਰੂ ਜੀ ਦੀ ਸੇਵਾ ਕਰਦੇ ਅਤੇ ਆਪਣਾ ਗੁਜ਼ਾਰਾ ਉਬਲੇ ਹੋਏ ਛੋਲੇ ਵੇਚ ਕੇ ਹੀ ਕਰਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਦੀ ਭਗਤੀ ਭਾਵਨਾ ਅਤੇ ਸੇਵਾ ਭਾਵ ਤੋਂ ਖੁਸ਼ ਹੋ ਕੇ ਆਪਣੀ ਸੁਪੁੱਤਰੀ ਬੀਬੀ ਭਾਨੀ ਦਾ ਵਿਆਹ ਉਹਨਾਂ ਨਾਲ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਆਪਣੀ ਜਿਹੜੀ ਸੁਪੁੱਤਰੀ ਸੀ ਬੀਬੀ ਭਾਨੀ ਜੀ ਉਹਨਾਂ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕਰ ਦਿੱਤਾ। ਠੀਕ ਹੈ ਕਿਉਂਕਿ ਮੋਢਲਾ ਨਾਮ ਪਾਈ ਜੇਠਾ ਜੀ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ। ਪਾਈ ਜੇਠਾ ਜੀ ਦੇ ਤਿੰਨ ਪੁੱਤਰ ਸਨ ਪ੍ਰਿਥੀ ਚੰਦ, ਮਹਾਦੇਵ ਅਤੇ ਸ੍ਰੀ ਗੁਰੂ ਅਰਜਨ ਦੇਵ। ਸ੍ਰੀ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਪਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਕਿਉਂਕਿ ਬਹੁਤ ਹੀ ਸੇਵਾ ਕੀਤੀ ਸੀ ਗੁਰੂ ਅਮਰਦਾਸ ਜੀ ਦੀ। ਗੁਰੂ ਰਾਮਦਾਸ ਜੀ ਨੇ ਜਾਂ ਪਾਈ ਜੇਠਾ ਜੀ ਨੇ ਤਾਂ ਉਹ ਇੰਨੇ ਪ੍ਰਭਾਵਿਤ ਹੋਏ ਪਾਈ ਜੇਠਾ ਜੀ ਦੀ ਸੇਵਾ ਤੋਂ ਕਿ ਉਹਨਾਂ ਨੇ ਆਪਣਾ ਜਿਹੜਾ ਉੱਤਰਾਧਿਕਾਰੀ ਉਹਨ ਨੂੰ ਨਿਯੁਕਤ ਕਰ ਦਿੱਤਾ। ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਤੇ ਚੌਥੇ ਗੁਰੂ ਬਣੇ ਸ੍ਰੀ ਗੁਰੂ ਰਾਮਦਾਸ ਜੀ ਠੀਕ ਹੈ। ਸੋ ਇਹ ਕੁਝ ਕੁ ਉਹਨਾਂ ਦੇ ਜੀਵਨ ਬਾਰੇ ਸੀ। ਸ੍ਰੀ ਗੁਰੂ ਰਾਮਦਾਸ ਜੀ ਦੇ। ਇਹਨੂੰ ਚੰਗੀ ਤਰ੍ਹਾਂ ਪੜ ਲੈਣਾ ਸਾਰੇ ਬੱਚਿਆਂ ਨੇ ਤੇ ਸਮਝ ਲੈਣਾ ਇਹਨੂੰ। ਤੇ ਅਗਲੇ ਪ੍ਰਸ਼ਨ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ? ਤਾਂ ਆਪਸ਼ਨ ਆਪਾਂ ਨੂੰ ਦਿੱਤੇ ਹੋਏ ਨੇ 1534 1536 1555 ਜਾਂ 1550 ਤੇ ਇਹਦੇ ਵਿੱਚ ए ऑप्शन टिक ਕਰ ਲਿਓ ਊੜਾ 1534 ਇਸ ਵਿੱਚ ਉਹਨਾਂ ਦਾ ਜਿਹੜਾ ਜਨਮ ਸੀ ਸ੍ਰੀ ਗੁਰੂ ਰਾਮਦਾਸ ਜੀ ਦਾ ਹੋਇਆ ਦੂਜਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਦਾ ਕੀ ਨਾਮ ਸੀ ਬੀਬੀ ਬਾਨੀ ਬੀਬੀ ਅਮਰੋ ਅਨੂਪ ਦੇਵੀ ਜਾਂ ਬੀਬੀ ਖੀਵੀ ਤਾਂ ਇਹਦਾ ਦੂਜੇ ਦਾ ਤੁਸੀਂ ਈਡੀ ਆਪਸ਼ਨ ਟਿਕ ਕਰ ਲਿਓ ਅਨੂਪ ਦੇਵੀ ਕਿਉਂਕਿ ਉੱਪਰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਿਓ ਧਿਆਨ ਨਾਲ ਉਹਦੇ ਵਿੱਚੋਂ ਹੀ ਤੁਹਾਨੂੰ ਇਹ ਯਾਦ ਹੋ ਜਾਣਗੇ। ਤੀਜਾ ਪ੍ਰਸ਼ਨ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਦੂਸਰਾ ਨਾਮ ਕੀ ਸੀ? ਭਾਈ ਜੇਠਾ ਜੀ, ਲਖਮੀ ਚੰਦ, ਸ੍ਰੀ ਚੰਦ ਜਾਂ ਭਾਨ ਚੰਦ। ਤਾਂ ਇਹਦਾ ਤੀਜੇ ਦਾ ਊਡ ਆਪਸ਼ਨ ਕਰ ਲਿਓ ਭਾਈ ਜੇਠਾ ਜੀ। ਭਾਈ ਜੇਠਾ ਜੀ ਹੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਬਾਅਦ 'ਚ ਉਹ ਪ੍ਰਸਿੱਧ ਹੋਏ। ਖਾਲੀ ਥਾਂ ਮੰਨੇ ਪਹਿਲਾ ਹੈਗੀ ਆ ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਦਾ ਨਾਮ ਡੈਸ਼ ਸੀ। लक्ष्मीचंद प्रीतिचंद श्री गुरु रामदास जी ਦੇ ਸਭ ਤੋਂ ਵੱਡੇ ਪੁੱਤਰ ਦਾ ਨਾਮ ਸੀ प्रीतिचंद ਠੀਕ ਹੈ ਤਾਂ ਇਹਨੂੰ ਟਿਕ ਕਰ ਲਿਓ प्रीतिचंद ਨੂੰ ਦੂਸਰਾ ਹੈ ਬੀਬੀ ਪਾਨੀ ਜੀ ਦੇ ਪਿਤਾ ਦਾ ਨਾਮ ਡੈਸ਼ ਸੀ ਬੀਬੀ ਪਾਨੀ ਜੀ ਦੇ ਪਿਤਾ ਦਾ ਕੀ ਨਾਮ ਸੀ प्रीतिचंद ਜਾਂ ਅਮਰਦਾਸ ਤਾਂ ਅਮਰਦਾਸ ਜੀ ਕਰ ਲਿਓ ਅਮਰਦਾਸ ਇਹਦੇ ਵਿੱਚ ਭਰ ਲਿਓ ਦੂਜੀ ਖਾਲੀ ਥਾਂ 'ਚ ਤੀਸਰੀ ਖਾਲੀ ਥਾਂ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਦੀ ਡੈਸ਼ ਵਿੱਚ ਹੋਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਦੀ ਡੈਸ਼ ਵਿੱਚ ਹੋਇਆ ਚੂਨਾ ਮੰਡੀ ਜਾਂ ਗੋਇੰਦਵਾਲ ਤਾਂ ਤੀਜੇ ਚ ਪਰ ਲਿਓ ਚੂਨਾ ਮੰਡੀ ਠੀਕ ਹੈ ਸੋ ਸਾਰੇ ਬੱਚੇ ਨੇ ਕੰਮ ਕਰਕੇ ਮੈਨੂੰ ਭੇਜਣਾਗਾ ਤੇ ਜਿਹੜਾ ਉੱਪਰ ਲਿਖਿਆ ਹੋਇਆ ਸਾਰਾ ਕੁਝ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਯਾਦ ਹੋ ਜਾਣਗੇ ਸਾਰੇ ਬੱਚਿਆਂ ਨੇ ਕਰਕੇ ਮੈਨੂੰ ਕੰਮ ਭੇਜਣਾ